ਇੱਕ ਪ੍ਰਾਈਵੇਟ ਹਸਪੀਟਲ ਜੰਗ ਦਾ ਮੈਦਾਨ ਬਣ ਗਿਆ। 10 ਤੋਂ 12 ਬਦਮਾਸ਼ਾਂ ਨੇ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ। ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ। ਇਸ ਹਮਲੇ ਦੇ ਵਿੱਚ 3 ਲੋਕ ਜ਼ਖਮੀ ਹੋਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ, ਜਿਸ ਦੇ ਵਿੱਚ ਹਮਲਾਵਰ ਹਸਪੀਟਲ ਦੇ ਵਿੱਚ ਦਾਖਲ ਹੋਏ ਨੇ ਔਰ ਇੱਕ ਵਾਰਡ ਦੇ ਵਿੱਚ ਜਾ ਕੇ ਪਰਿਵਾਰ ਤੇ ਵਾਰ ਕਰਦੇ ਨੇ। ਜਲਾਲਾਬਾਦ ਦੇ ਮੁਕਸਰ ਰੋਡ ਤੇ ਸਥਿਤ ਇੱਕ ਨਿੱਜੀ ਹਸਪੀਟਲ ਦੀ ਇਹ ਵੀਡੀਓ ਹੈ, ਜਿੱਥੇ ਸ਼ਰੇਆਮ ਗੁੰਡਾਗਰਦੀ ਹੋਈ। 10 ਤੋਂ 12 ਗੁੰਡਿਆਂ ਦੇ ਵੱਲੋਂ ਇੱਕ ਪਰਿਵਾਰ ਤੇ ਕਿਰਪਾਨਾਂ ਕਾਪੀਆਂ ਦੇ ਨਾਲ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 3 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਜਲਾਲਾਬਾਦ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਗੁੰਡਾਗਰਦੀ ਹੋਈ। 10 ਤੋਂ 12 ਬਦਮਾਸ਼ ਤਲਵਾਰਾਂ ਕਾਪੇ ਲੈ ਕੇ ਆਏ ਔਰ ਵਾਰਡ ਦੇ ਵਿੱਚ ਬੈਠੇ ਇੱਕ ਪਰਿਵਾਰ ਤੇ ਵਾਰ ਕੀਤੇ ਗਏ। ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਸ ਹਮਲੇ ਦੇ ਵਿੱਚ 3 ਲੋਕ ਜ਼ਖਮੀ ਹੋਏ ਨੇ। ਜਲਾਲਾਬਾਦ ਤੇ ਮੁਕਸਰ ਰੋਡ ਤੇ ਸਥਿਤ ਇੱਕ ਪ੍ਰਾਈਵੇਟ ਹਸਪੀਟਲ ਦੀਆਂ ਇਹ ਤਸਵੀਰਾਂ ਨੇ, ਜਿੱਥੇ 10 ਤੋਂ 12 ਇਹ ਗੁੰਡੇ ਨੇ, ਬਦਮਾਸ਼ ਨੇ, ਜਿਨ੍ਹਾਂ ਦੇ ਵੱਲੋਂ ਇੱਕ ਪਰਿਵਾਰ ਤੇ ਵਾਰ ਕੀਤਾ ਗਿਆ, ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਸ ਰਿਹਾ ਕਿਵੇਂ ਤੈਸ਼ ਦੇ ਵਿੱਚ ਆ ਕੇ ਅੰਨੇਵਾਹ ਵਾਰ ਕਰ ਰਹੇ ਨੇ ਔਰ ਪਰਿਵਾਰ ਵਾਲੇ ਆਪਣਾ ਬਚਾਅ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਜਲਾਲਾਬਾਦ ਦਾ ਇਹ ਇੱਕ ਪ੍ਰਾਈਵੇਟ ਹਸਪੀਟਲ ਹੈ ਜੋ ਇਸ ਵੇਲੇ ਜੰਗ ਦਾ ਮੈਦਾਨ ਬਣ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਪੀੜਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਔਰ ਇਹਨਾਂ ਬਦਮਾਸ਼ਾਂ ਦੀ ਭਾਲ ਲਗਾਤਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਮੇਰੀ ਬੱਚੀ ਦਾ ਆਪਰੇਟ ਸੀ, ਮੈਂ ਡਾਕਟਰ ਸਾਹਿਬ ਨਾਲ ਪਹਿਲਾਂ ਅਪਾਇੰਟਮੈਂਟ ਲਈ ਹੋਈ ਸੀ ਆਪਰੇਟ ਵਾਸਤੇ ਤੇ ਆਪਰੇਟ ਕਰਵਾਉਣ ਆਇਆ। ਆਪਰੇਟ ਹੋਣ ਤੋਂ ਬਾਅਦ ਤਕਰੀਬਨ 7:30 ਦੀ ਗੱਲ ਆ ਤੇ ਬੱਚੀ ਦਾ ਦਰਦ ਹੋ ਰਿਹਾ ਸੀ, ਮੈਂ ਬੱਚੀ ਨੂੰ ਰੋ ਰਹੀ ਸੀ, ਮੈਂ ਬੱਚੀ ਨੂੰ ਚੁੱਪ ਕਰਾ ਰਿਹਾ ਸੀ। ਅਚਾਨਕ ਆਏ ਨੇ 10-12 ਜਣੇ ਮੇਰੇ 'ਤੇ ਆ ਕੇ ਹਮਲਾ ਕਰਤਾ ਜੀ, ਅਤੇ ਜਿਸ ਵਿੱਚ ਉਹਨਾਂ ਕੋਲ CCTV ਦੇ ਵਿੱਚ ਦੇਖ ਰਿਹਾ ਜੀ, ਉਹਨਾਂ ਕੋਲ ਮਾਰੂ ਹਥਿਆਰ ਸੀ, ਕਾਪੇ ਵਗੈਰਾ ਹੋਰ ਵੀ ਕਈ ਤਰ੍ਹਾਂ ਦੇ ਹੈਗੇ ਸੀ। ਕੋਈ ਜਾਣਦੇ ਨਹੀਂ, ਪਛਾਣਦੇ ਨਹੀਂ ਅਸੀਂ, ਪਤਾ ਨਹੀਂ ਕਿਉਂ ਕਿਸ ਰੰਜਿਸ਼ ਦੇ ਤਹਿਤ ਜਸਟ ਇੱਕ ਆਰਗਿਊ ਹੋਏ ਸਾਡੇ ਵਿੱਚ ਆਪਸ ਵਿੱਚ, ਇੰਨੇ ਹੋਏ ਆ। ਆਪਰੇਸ਼ਨ ਥੀਏਟਰ ਦੇ ਵਿੱਚ ਜਾਣਾ ਸੀ, ਇੱਕ ਮੁੰਡਾ ਮਨਾ ਕਰ ਰਿਹਾ ਸੀ, ਮੈਂ ਉਹਨੂੰ ਇਹੀ ਕਿਹਾ ਵੀ ਮੇਰੀ ਯਾਰ ਗੁੜੀਆ ਛੋਟੀ ਆ, ਘਬਰਾ ਜਾਏਗੀ, ਮੈਂ ਉਹਨੂੰ ਪ੍ਰਪੇਅਰ ਕਰਦਾ, ਥੋੜ੍ਹਾ ਜਿਹਾ ਸਮਝਾ ਦਾਂ, ਵਾਪਸ ਆ ਜਾਣਾ। ਇੱਥੋਂ ਉਹ ਕਿਸ ਚੀਜ਼ ਦਾ ਉਹਨੇ ਗੁੱਸਾ ਕੀਤਾ ਮੈਨੂੰ ਨਹੀਂ ਪਤਾ ਜੀ, ਮੈਂ ਆਣ ਕੇ ਥੱਲੇ ਆ ਗਿਆ ਅਤੇ ਹੋਸਪਿਟਲ ਨੇ ਉਹਨੂੰ ਮਿਸਬਿਹੇਵ ਕਰਕੇ, ਮਾੜਾ ਬੋਲਣ ਕਰਕੇ ਇਨਵੈਸਟੀਗੇਟ ਕਰਤਾ। ਉਸ ਤੋਂ ਉਹ ਤੈਸ਼ ਵਿੱਚ ਆ ਕੇ ਕੰਮ ਕਰਕੇ ਗਿਆ, ਤਕਰੀਬਨ 10-12 ਹੈਗੇ ਸੀ। ਮੈਂ ਤਾਂ ਸਿਰਫ ਮੇਰੇ ਵਾਸਤੇ ਤਾਂ ਅਨਨੋਨ ਆ ਜੀ ਸਾਰੇ, ਮੈਂ ਤਾਂ ਹੋਸਪਿਟਲ ਦੇ ਵਿੱਚ ਜਿਹੜਾ ਪਹਿਲਾਂ ਇਹਨਾਂ ਨੇ ਇਨਵੈਸਟੀਗੇਟ ਕੀਤਾ, ਸਿਰਫ ਉਹਨੂੰ ਦੇਖਿਆ ਅੱਜ, ਪਛਾਣਦਾ ਜਾਣਦਾ ਮੈਂ ਉਹਨੂੰ ਵੀ ਹੈਗਾ ਵੀ ਕੌਣ ਹੈਗਾ ਅਤੇ ਕੌਣ ਨਹੀਂ। ਸੱਟ ਤਕਰੀਬਨ ਮੇਰੇ ਆ, ਮੇਰੇ ਮੰਮੀ ਦੇ ਇੱਕ ਉਂਗਲ ਫ੍ਰੈਕਚਰ ਹੋਈ ਆ ਜੀ, ਕੱਟੀ ਗਈ, ਉਹਦੇ ਟੈਂਕੇ ਲੱਗੇ ਨੇ ਅਤੇ ਗਰਭੇਜ ਆ ਜੀ ਮੇਰੇ ਪਿੰਡ ਤੋਂ, ਇਹਦੇ ਨਾਨੀ ਦਾ ਆਪਰੇਟ ਹੋਇਆ ਅੱਜ ਅਤੇ ਇਹ ਸੀ ਇੱਥੇ। ਇਹ ਕਹਿੰਦੇ ਵੀ ਉਹਨਾਂ ਨੇ ਜਾਨਲੇਵਾ ਇਹਦੇ 'ਤੇ ਵੀ ਹਮਲਾ ਕੀਤਾ, ਇਹਦੇ ਸੱਟਾਂ ਵੱਜੀਆਂ ਨੇ ਅਤੇ 1-2 ਸੱਟਾਂ ਜਿਹੜੇ ਨਾਲ ਸਟਾਫ ਦੇ ਵਿੱਚ ਆਏ, ਸਟਾਫ ਮੈਂਬਰਾਂ ਦੇ ਜਾਂ ਮੇਰੇ ਘਰਦੀ ਦੇ 1-2 ਸੱਟਾਂ ਆਏ ਨੇ। ਮੰਗ ਇਹ ਕਰਦਾ ਜੀ ਜੋ ਵੀ ਕਾਨੂੰਨੀ ਕਾਰਵਾਈ ਜੋ ਬਣਦੀ ਆ ਇਹਨਾਂ 'ਤੇ ਕੀਤੀ ਜਾਵੇ, ਇਹ ਜਿਹੜਾ ਗੁੰਡਾ ਅਨਸਰ ਆ ਘੁੰਮਦੇ ਫਿਰਦੇ ਆ ਇਹਨਾਂ ਦੇ ਨੱਥ ਪਾਈ ਜਾਵੇ ਜੀ। ਦੇਖੋ ਜੀ, ਇਹ ਪੇਸ਼ੈਂਟ ਸੀ ਹਰਭਜਨ ਸਿੰਘ ਜੀ, ਇਹਨਾਂ ਦੀ ਬੇਟੀ ਸੀ ਜਿਹਨਾਂ ਦਾ ਆਪਰੇਸ਼ਨ ਸੀ ਅੱਜ। ਇਹ ਆਪਰੇਸ਼ਨ ਥੀਏਟਰ 'ਚ ਅਸੀਂ ਲੈ ਕੇ ਜਾ ਰਹੇ ਸੀ, ਕੁਛ ਕਾਰਨਾਂ ਕਰਕੇ ਸਟਾਫ ਨਾਲ ਇਹਨਾਂ ਦੀ ਥੋੜ੍ਹੀ ਬਹਿਸ ਹੋ ਗਈ, ਫਿਰ ਜਿਹੜਾ ਸਟਾਫ ਨਾਲ ਬਹਿਸ ਹੋਈ ਸੀ ਉਹ ਸਟਾਫ ਨੂੰ ਮੈਂ ਨਿਲੰਬਿਤ ਕਰਤਾ, ਕਿਉਂਕਿ ਉਹ ਥੋੜ੍ਹਾ ਬਹਿਸ ਕਰ ਰਿਹਾ ਸੀ, ਮਿਸਬਿਹੇਵ ਕੀਤਾ ਸੀ ਉਹਨਾਂ ਰਿਲੇਟਿਵ ਨਾਲ। ਉਹ ਸ਼ਾਮ ਨੂੰ ਐਸੇ ਗੁੱਸੇ 'ਚ ਆ ਕੇ ਉਹਨੇ 10-12 ਲੋਕ ਲੈ ਕੇ ਪੇਸ਼ੈਂਟ ਦੇ ਰਿਲੇਟਿਵ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪੇਸ਼ੈਂਟ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਥੋੜ੍ਹਾ ਇਕਵਿਪਮੈਂਟ ਬਣਨ ਦੀ ਕੋਸ਼ਿਸ਼ ਕੀਤੀ। ਉਹ ਇਹ ਹੋਇਆ ਔਰ ਇਸ ਦੀ ਮੈਂ ਬਹੁਤ ਨਿੰਦਾ ਕਰਦਾ ਹਾਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੰਜਰਡ ਹੋਏ ਪੇਸ਼ੈਂਟ ਦੇ ਜਿਹੜਾ ਬੱਚਾ ਸੀ ਉਹਦੇ ਪੇਰੈਂਟਸ ਇੰਜਰਡ ਹੋਏ, ਦੋਨੋਂ ਇੰਜਰਡ ਹੋਏ ਔਰ ਉਹਨਾਂ ਦੇ ਮਦਰ ਵੀ ਇੰਜਰਡ ਹੋਏ, ਕਾਫੀ ਸੱਟਾਂ ਲੱਗੀਆਂ।
ਸ਼ਹਿਰ ਵਿੱਚ ਸਿਕਿਉਰਿਟੀ ਹੋਣੀ ਚਾਹੀਦੀ ਤਾਂ ਕਿ ਇਸ ਤਰ੍ਹਾਂ ਦਾ ਇੰਸੀਡੈਂਟ ਕਦੇ ਕਿਸੇ ਹੋਸਪਿਟਲ 'ਚ, ਕਿਉਂਕਿ ਲੋਕ ਜਿਹੜੇ ਆ ਰਹੇ ਨੇ ਤਲਵਾਰਾਂ ਲੈ ਕੇ ਨੰਗੀਆਂ ਮੇਨ ਰੋਡ ਤੋਂ, ਉਹਦਾ ਦੇਖਣਾ ਚਾਹੀਦਾ ਆਪਾਂ ਨੂੰ ਤਾਂ ਕਿ ਇਸ ਤਰ੍ਹਾਂ ਦੀ ਹਰਕਤ ਨਾ। ਇੱਥੇ ਇੱਕ ਹਰਭਜਨ ਸਿੰਘ ਨੇ ਆਪਣਾ ਸਾਨੂੰ ਬਲਕਾਰ ਸਿੰਘ ਰੰਧੂ ਵਾਲਾ ਤਾੜ ਤੋਂ, ਉਹਨਾਂ ਦੀ ਬੇਟੀ ਇੱਥੇ ਐਡਮਿਟ ਸੀ, ਉਹਨਾਂ ਦਾ ਆਪਰੇਟ ਹੋਇਆ ਸੀ ਅਤੇ ਬੱਚੀ ਛੋਟੀ ਸੀਗੀ, ਉਹਨਾਂ ਨੇ ਆਪਰੇਸ਼ਨ ਥੀਏਟਰ 'ਚੋਂ ਜਾਣਾ ਚਾਹੁੰਦੇ ਸੀ। ਇੱਥੇ ਜਿਹੜਾ ਸਟਾਫ ਹੈ ਕੋਈ ਮਦਨ ਸਿੰਘ, ਉਹ ਉਹਨਾਂ ਨੂੰ ਰੋਕਦਾ ਸੀ, ਬੱਚਾ ਛੋਟਾ ਹੋਣ ਕਰਕੇ। ਹਰਭਜਨ ਸਿੰਘ ਕਹਿਣਗੇ ਇੱਕ ਵਾਰੀ ਵੀ ਚਲੋ ਥੀਏਟਰ ਦੇ ਵਿੱਚ ਘਬਰਾਹਟ ਹੋ ਜਾਂਦੀ ਬੱਚੀ, ਮੈਂ ਇੱਕ ਵਾਰੀ ਮਿਲਣਾ। ਇਸ ਗੱਲ ਪਿੱਛੇ ਉਹਨਾਂ ਦੀ ਬਹਿਸ ਹੋ ਗਈ ਅਤੇ ਬਹਿਸ ਦੇ ਵਿੱਚ ਉਹਨਾਂ ਨੇ ਕੰਪਲੇਂਟ ਕਰਤੀ ਅਤੇ ਉਹਨਾਂ ਨੂੰ ਮੇਰੇ ਖਿਆਲ ਹੋਸਪਿਟਲ ਤੋਂ ਇਨਵੈਸਟੀਗੇਟ ਕਰਤਾ, ਜਿਸ ਕਰਕੇ ਉਹ ਗੁੱਸੇ 'ਚ ਆ ਗਿਆ ਅਤੇ ਆਪਣੇ ਬੰਦੇ ਇਕੱਠੇ ਕਰਕੇ ਲਿਆ ਕੇ ਉਹਨਾਂ ਨੇ ਹਰਭਜਨ ਸਿੰਘ, ਉਹਨਾਂ ਦੀ ਮਦਰ ਅਤੇ ਨਾਲ ਉਹਨਾਂ ਦੇ ਪਿੰਡ ਦੇ ਸੀਗੇ ਆਪਣਾ, ਉਹਨਾਂ 'ਤੇ ਹਮਲਾ ਕਰਤਾ। ਸੀਟੀਵੀ ਦੇ ਵਿੱਚ 11 ਨਜ਼ਰ ਆਉਂਦੇ ਨੇ ਸਾਨੂੰ, ਮੂੰਹ ਮਾਮਲ ਨਹੀਂ ਸੀ ਇਹਨਾਂ ਦੀ, ਬਾਕੀ ਆਈਡੈਂਟੀਫਾਈ ਕਰ ਲੈਂਦੇ ਅਸੀਂ 3-4 ਬੰਦੇ ਅਤੇ ਇਹਨੂੰ ਰਾਊਂਡ ਅਪ ਕਰਕੇ ਜਲਦੀ ਅਸੀਂ ਇਹਨਾਂ ਨੂੰ ਕਾਰਵਾਈ ਕਰਾਂਗੇ। ਹੁਣ ਸਟੇਟਮੈਂਟ ਰਿਕਾਰਡ ਕਰਾਂਗੇ, ਫਿਰ ਐਫਆਈਆਰ ਲੌਜ ਕਰਾਂਗੇ, ਦੈਨ ਆਪਣਾ ਜੋ ਪ੍ਰੋਸੀਜਰ ਹੋਏਗਾ ਉਹ ਅਡੋਪਟ ਕਰਾਂਗੇ। ਨਹੀਂ ਇਹ ਬਿਹਾਇੰਡ ਦੀ ਬਾਰਸ, ਇਹਨਾਂ ਨੂੰ ਸਲਾਖਾਂ ਪਿੱਛੇ ਭੇਜਾਂਗੇ, ਇਹ ਬੰਦੇ ਸਮਾਜ 'ਚ ਖੁੱਲ੍ਹੇ ਘੁੰਮਣ ਦੇ ਯੋਗ ਨਹੀਂ।